दोहरा सो संबेद संबेदै नह कह सकूं लक्षण संत महंत पर संबेदै कहे कछु संग प्रताप कहंत सो संबेदह नह कह सकूं। वाहिगुरु जी का खालसा वाहिगुरु जी की फतेह। पिछे की श्लोक आया है, तन मत गत आनंद मैं गुणातीत निस्प्रेह बिगत क्लेश स्वछंद मत संता भूखन ए। संतां दी हुण चल रही आ, संतां दे दस्से सी ना उन्होंने गुण लक्षण पुछया सी ना महाराज भी कृपा करके मैनूं दसो भी महाराज संतां दे लक्षण की हुंदे आ महापुरशां दे, ते जिन्हां नूं वेख करके मैं अपनी मुक्ति प्राप्त कर सका, अपने भले लई उन्हां दी सेवा कर सका, है ना। हाँ जी पढ़ो हुण। सो संबेदै नह कह सकूं, कहिंदे ने सो संबेदै, मैं अपने आप तो अपने ज्ञान नाल महापुरशां दे भाई लक्षण नहीं मैं कह सकता, अपने आप तो ही कहिंदे महापुरशां दे लक्षण अपनी बुद्धि नाल नहीं कह सकदे। लक्षण संत महंत, हाँ, लक्षण संत महंत जिहड़े लक्षण हन ना निशानियां संतां दीआं महापुरखां दीआं जिहड़े वड्डे महापुरश ने महान महंत महान महापुरश वड्डे प्रसंबेदै कहे कछु। हाँ, कुछ जिहड़े कहिंदे कहे आ ना पिछे प्रसंबेदै जिहड़े पराए दे भाव दूसरे दे दसे होए लक्षण उन्हां दी मत मुताबक जो वेदा शास्त्रां च दसे आ जां जिहड़े साधु महात्मा महापुरख दसदे आ सियाने पुरश दसदे आ कि महापुरखां दे भाई आ लक्षण हुंदे आ, जिवें गुरु साहिब जी ने दसे आ कि महापुरश दे भाई आ लक्षण हुंदे संत दे, है खट लक्षण है पूर्णंग पुरख है, है ना, छे लक्षण महाराज जी ने भी दसे आ ना। कहिंदे इउं सुन करके ना महापुरशां तों सतपुरशां तों सिद्ध पुरशां तों ਉਹ ਮੈਂ ਕੁਝ ਕਹੇ ਆ ਭਾਈ, ਜਿਹੜੇ ਹੋਰ ਕਿਸੇ ਨੇ ਜਿਹੜੇ ਮਤਲਬ ਵੀ ਕਹਿਣਾ ਕੀਤੇ ਹਨ ਸੰਗ ਪ੍ਰਤਾਪ ਕਹੰਤ ਜਿਹੜੇ ਸੰਗ ਸਤ ਪ੍ਰਤਾਪ ਦੇ ਕਹੇ ਆ ਸਤ ਸੰਗਤ ਨਿਜ ਕਲਪ ਤਰ। ਕਹਿੰਦੇ ਸਤ ਸੰਗਤ ਜਿਹੜਾ ਨਾ ਸਤ ਸੰਗਤ ਜਿਹੜੀ ਆ ਉਹ ਕਹਿੰਦੇ ਆਪਣੇ ਵਾਸਤੇ ਕਹਿੰਦੇ ਕਲਪ ਬ੍ਰਸ਼ੀ ਆ ਭਾਈ, ਆਪਣੇ ਭਲੇ ਵਾਸਤੇ ਕਲਪ ਬ੍ਰਸ਼ੀ ਆ। ਸਕਲ ਬ੍ਰਸ਼ ਦਾ ਪਤਾ ਨਾ, ਚਲੋ ਸਕਲ ਕਾਮਨਾ ਦੇਤ, ਕਲਪ ਬ੍ਰਸ਼ ਵੀ ਕਹਿੰਦੇ ਸਾਰੀਆਂ ਕਾਮਨਾ ਦਿੰਦਾ, ਪਰ ਕਲਪ ਬ੍ਰਸ਼ ਦੇ ਫਿਰ ਦੱਸਣਗੇ ਅੱਗੇ ਕਹਿੰਦੇ ਨੇ ਪਰ ਸਤਸੰਗਤ ਕਰਨ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਹਾਂ ਕੀ ਫਿਰ ਪੜ੍ਹੋ। ਸਤਸੰਗਤ ਨਿਜ ਕਲਪ ਤਰ, ਸਤਸੰਗਤ ਜਿਹੜੀ ਆ ਨਾ ਭਾਈ ਆਪਣੇ ਭਲੇ ਵਾਸਤੇ ਇਹ ਕਲਪ ਬ੍ਰਸ਼ ਦੀ ਤਰ੍ਹਾਂ ਹੈ। ਸਕਲ ਕਾਮਨਾ ਦੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਸਤਸੰਗਤ ਕਰਨ ਨਾਲ। ਅੰਮ੍ਰਿਤ ਰੂਪੀ ਬਚਨ ਕਹਿ, ਕਹਿੰਦੇ ਅੰਮ੍ਰਿਤ ਰੂਪੀ ਬਚਨ ਕਹਿੰਦੇ ਉਹਦੇ ਵਿੱਚ ਸੰਤ ਮਹਾਂਪੁਰਸ਼ ਜਦੋਂ ਸਤਸੰਗਤ ਦੇ ਵਿੱਚ ਗੁਰਬਾਣੀ ਦੀ ਕਥਾ ਹੁੰਦੀ ਹੈ ਨਾਮ ਦੀ ਮਹਿਮਾ ਦੱਸਦੇ ਆ ਅੰਮ੍ਰਿਤ ਰੂਪੀ ਬਚਨ ਕਹਿੰਦੇ ਆ। ਤੇ ਹੁਣ ਤਾਪ ਹਰ ਲੇਤ, ਤਿੰਨੇ ਹੀ ਤਾਪ ਹਰ ਲੈਂਦੇ ਆ ਉਹ ਬਾਣੀ ਦੇ ਬਚਨ ਗੁਰੂ ਜੀ ਦੇ ਉਪਦੇਸ਼ ਦੇ ਬਚਨ ਆਦਿ ਵਿਆਦੀ ਉਪਾਧੀ ਪਦ ਬੰਧਨ ਤਨ ਅੱਗ ਹਰਨ। ਕਹਿੰਦੇ ਉਹਨਾਂ ਦੇ ਮਹਾਂਪੁਰਸ਼ਾਂ ਦੇ ਜਿਹੜੇ ਸਤਸੰਗੀ ਆ ਨਾ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਨਾ, ਪਦ ਬੰਧਨ ਤਨ ਅੱਗ ਹਰਨ, ਉਹਨਾਂ ਦੇ ਤਨ ਤਨ ਸਰੀਰ ਦੇ ਜਿਹੜੇ ਅੱਗ ਆ ਨਾ ਪਾਪ ਉਹ ਨਾਸ਼ ਹੋ ਜਾਂਦੇ ਜੇ ਸਤਸੰਗੀਆਂ ਦੇ ਚਰਨਾਂ ਤੇ ਭਾਈ ਨਮਸਕਾਰ ਕਰੀਏ। ਤੀਰਥ ਮੈਂ ਪਦ ਦੋਏ, ਜਿਹੜੇ ਦੋਵੇਂ ਚਰਨ ਹਨ ਨਾ ਸਤਸੰਗੀਆਂ ਦੇ ਮਹਾਂਪੁਰਸ਼ਾਂ ਦੇ ਉਹ ਭਾਈ ਤੀਰਥਮਈ ਆ, ਨਹੀਂ ਸਮਝ ਲੱਗੇ ਕਬੀਰ ਸਾਹਿਬ ਕਹਿੰਦੇ ਕਹਿ ਕਬੀਰ ਹੋ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ। ਜਿੱਥੇ ਹਰੀ ਦੇ ਦਾਸ ਦੇ ਚਰਨ ਪੈਂਦੇ ਆ ਉਹ ਤੀਰਥ ਬਣ ਜਾਂਦਾ, ਸਮਝ ਨਾ। ਤੋ ਜਿਹੜੇ ਉਹ ਦੋਵੇਂ ਚਰਨ ਮਨ ਮਹਾਂਪੁਰਸ਼ਾਂ ਦੇ ਸਤਪੁਰਸ਼ਾਂ ਦੇ ਭਾਈ ਉਹ ਤੀਰਥਮਈ ਹਨ, ਤੀਰਥ ਵਰਗੇ ਆ। ਸੰਭਾਖਣ ਚਿਤ ਸ਼ਾਂਤ ਕਰ, ਤੇ ਜਦੋਂ ਉਹਨਾਂ ਨਾਲ ਸੰਭਾਖਣ ਸੰਘ ਭਲੀ ਪ੍ਰਕਾਰ ਬਚਨ ਬਿਲਾਸ ਕਰਨੇ ਜਿਹੜੇ ਉਹ ਚਿੱਤ ਨੂੰ ਸ਼ਾਂਤ ਕਰ ਦਿੰਦੇ ਆ। ਕਿਰਪਾ ਪਰਮ ਪਦ ਹੋਏ, ਤੇ ਜੇ ਉਹਨਾਂ ਦੀ ਕਿਰਪਾ ਹੋ ਜਾਏ ਤੇ ਪਰਮ ਪਦ ਵੀ ਪ੍ਰਾਪਤ ਹੋ ਜਾਂਦੀ ਹੈ। ਸਤਸੰਗਤ ਸੁਖ ਸਿੰਧ ਬਰ, ਸਤਸੰਗਤ ਜਿਹੜਾ ਨਾ ਉਹ ਸਤ
ਸਤ ਸੰਗਤ ਸੁਖ ਸਿੰਧ ਬਰ, ਸੁਖ ਦਾ ਸਿੰਧ ਸਮੁੰਦਰ ਹੈ, ਬਰ ਸ਼੍ਰੇਸ਼ਟ ਮੁਕਤਾ ਨਿਜ ਕੈਵਲੈ ਕੈ ਬਲੇ। ਹਾਂ, ਜਿਹੜੀ ਕੇਵਲ ਮੁਕਤੀ ਹੈ ਨਾ, ਹੈ ਨਾ, ਨਿਜ ਸਰੂਪ ਦੀ ਪ੍ਰਾਪਤੀ ਹੋਣੀ, ਹੈਂ, ਉਹ ਮੋਤੀ ਹੈ ਵਿੱਚ। ਸਤਸੰਗਤ ਰੂਪੀ ਸਮੁੰਦਰ ਵਾ ਕਿਹੜਾ? ਬਰ ਸ੍ਰੇਸ਼ਟ, ਸੁੱਖਾਂ ਦਾ ਸਮੁੰਦਰ ਹੈ। ਹੈਂ, ਉਹਦੇ ਵਿੱਚ ਜਿਹੜੇ ਸਮੁੰਦਰ 'ਚ ਮੋਤੀ ਹੁੰਦੇ ਆ, ਇੱਧਰ ਕਹਿੰਦੇ ਨਿੱਜ ਸਰੂਪ ਦਾ ਗਿਆਨ ਹੋਣਾ, ਕੇਵਲ ਮੁਕਤੀ ਦੀ ਦਾਤ ਪ੍ਰਾਪਤ ਹੋਣੀ, ਇਹ ਮੋਤੀ ਹਨ। ਆਸ਼ਾ ਪਰਮ ਅਗਾਧ ਅਤ, ਤੇ ਜਿਹੜਾ ਸਮੁੰਦਰ ਦਾ ਡੂੰਘਾ ਪੁਣਾ, ਇੱਧਰ ਸਤਸੰਗਤ ਦਾ ਡੂੰਘਾ ਪੁਣਾ ਕੀ ਹੈ? ਫਿਰ ਪੜ੍ਹੋ। ਆਸ਼ਾ ਪਰਮ ਅਗਾਧ ਅਤ, ਜਿਹੜਾ ਪਰਮ ਅਗਾਧ, ਜਿਹੜਾ ਬਹੁਤ ਵੱਡਾ, ਜਿਹੜਾ ਡੂੰਘਾ ਪੁਣਾ ਕੀ ਹੈ? ਸਿਧਾਂਤ ਬੜਾ, ਮਤਲਬ ਵੀ ਗਹਿਰਾ ਵਾ ਸਤਸੰਗਤ ਦੇ ਅੰਦਰ। ਹਾਂਜੀ, ਡੂੰਘਾ ਪੁਣਾ ਕੀ ਹੈ? ਜਿਹੜਾ ਸਤਸੰਗਤ ਦੇ ਕਰਕੇ ਗਿਆਨ ਦੀ ਦਾਤ ਪ੍ਰਾਪਤ ਹੋਣੀ। ਹੈਂ, ਫਿਰ ਪੜ੍ਹ ਪਾਉਂਗੇ। ਆਸ਼ਾ ਪਰਮ ਅਗਾਧ ਅਤ, ਆਸ਼ਾ ਜਿਹੜਾ ਕੀ ਹੈ? ਆਸ਼ਾ ਹੁੰਦਾ ਸਿਧਾਂਤ, ਸਿਧਾਂਤ ਜਿਹੜਾ ਨਾ ਸਤਸੰਗਤ ਦੇ ਅੰਦਰ ਪਤਾ ਲੱਗਣਾ ਵੀ ਸਿਧਾਂਤ ਕੀ ਹੈ ਜੀਵਨ ਦਾ, ਸਿਧਾਂਤ ਕੀ ਹੈ ਸੁੱਖ ਦਾ, ਇਹ ਜਿਹੜਾ ਸਿਧਾਂਤ ਹੈ ਨਾ, ਇਹ ਸਤਸੰਗਤ ਦਾ ਡੂੰਘਾ ਪੁਣਾ ਹੈ। ਕੋ ਬੈਠੇ ਮਨ ਦਲੇ, ਕੋਈ ਬਹਿੰਦਾ ਭਾਈ ਮਨ ਨੂੰ ਮਾਰ ਕੇ, ਮਨ ਦਲੇ ਭਾਵ ਮਨ ਨੂੰ ਮਾਰ ਕੇ ਕੋਈ ਬਹਿੰਦਾ ਸਤਸੰਗਤ ਦੇ ਅੰਦਰ, ਹਰ ਕੋਈ ਨਹੀਂ ਬੈਠਦਾ। ਸਤਸੰਗਤ ਸੁਖ ਪਲਕ ਜੋ, ਤੇ ਸਤਸੰਗਤ ਦਾ ਜਿਹੜਾ ਸੁੱਖ ਹੈ ਨਾ, ਪਲਕ ਮਾਤਰ ਥੋੜਾ ਵੀ, ਮੁਕਤ ਨਾ ਤਾਸ ਸਮਾਨ। ਹੁਣ ਕਹਿੰਦੇ ਮੁਕਤੀ ਵੀ ਉਹਦੇ ਬਰਾਬਰ ਨਹੀਂ ਹੈਗੀ। ਬ੍ਰਹਮਾਦਿਕ ਇੰਦਰਾਦ ਭੁਵ, ਤੇ ਬ੍ਰਹਮਾਦਿਕ, ਬ੍ਰਹਮਾ ਤੋਂ ਲੈ ਕੇ ਆਦਿਕ 33 ਕਰੋੜ ਦੇਵੀ ਦੇਵਤੇ, ਅੱਗੇ ਕੀ ਹੈ? ਇੰਦਰਾਦ, ਇੰਦਰਾਦਿਕ ਤੋਂ ਲੈ ਕੇ ਸਾਰੇ ਜਿਹੜੀਆਂ ਪੱਛਰਾਂ, ਤੇ ਇੰਦਰ ਦਾ ਜਿਹੜਾ ਰਾਜ ਹੈ ਜਿੰਨਾ ਸਾਧ ਦੇਵਤੇ, ਭੁਵ, ਭੁਵ ਜਿਹੜੇ ਭੁਵ ਧਰਤੀ ਦੇ ਰਾਜੇ, ਨਿਪਟ ਅਲਪ ਏ ਨਿਪਟ, ਇਹ ਸਾਰੇ ਅਲਪ, ਅਲਪ ਨੀ ਅਲਪ, ਅਲਪ ਏ ਜਾਨ, ਨਿਪਟ ਅਲਪ ਏ ਜਾਨ, ਇਹਨਾਂ ਸਾਰਿਆਂ ਦਾ ਜਿਹੜਾ ਸੁੱਖ ਵਾ ਨਾ, ਉਹ ਥੋੜ੍ਹਾ ਜਾਣਨੋ ਸਤਸੰਗਤ ਦੇ ਨਾਲੋਂ, ਸਮਝ ਲੱਗ ਗਈ? ਸਤਸੰਗਤ ਕਰਨ ਨਾਲ ਇੰਨਾ ਸੁੱਖ ਪ੍ਰਾਪਤ ਹੁੰਦਾ, ਨਾ ਪਛਤਾਨੀਆਂ ਨਾ ਕਰੋ, ਤੁਸੀਂ ਚੁੱਪ ਕਰਕੇ ਬੈਠੋ। ਸਤਸੰਗਤ ਕਰਨ ਨਾਲ ਜਿਹੜਾ ਸੁੱਖ ਪ੍ਰਾਪਤ ਹੁੰਦਾ, ਨਾ ਉਹ ਬ੍ਰਹਮਾ ਨੂੰ ਸੁੱਖ ਵਾ, ਨਾ ਉਹ ਇੰਦਰ ਨੂੰ ਸੁੱਖ ਹੈ, ਨਾ ਉਹ ਧਰਤੀ ਦੇ ਰਾਜਿਆਂ ਨੂੰ ਸੁੱਖ ਹੁੰਦਾ। ਇਹਨਾਂ ਦੇ ਸੁੱਖ ਥੋੜ੍ਹੇ ਆ, ਸਤਸੰਗਤ ਕਰਨ ਵਾਲਾ ਸੁੱਖ ਵੱਡਾ ਸੁੱਖ ਵਾ। ਪਲਕ ਮਾਤਰ, ਉਹ ਵੀ ਥੋੜ੍ਹਾ ਮਾਤਰ ਸੁੱਖ, ਜਿਹੜਾ ਮਤਲਬ ਵੀ ਥੋੜ੍ਹਾ ਮਾਤਰ ਸਤਸੰਗਤ ਕਰਨ ਨਾਲ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ ਨਾ, ਉਹ ਬ੍ਰਹਮਾ ਨੂੰ ਵੀ ਨਹੀਂ ਹੈਗਾ, ਇੰਦਰ ਨੂੰ ਵੀ ਨਹੀਂ ਹੈ, ਧਰਤੀ ਦੇ ਕਿਸੇ ਰਾਜਿਆਂ ਨੂੰ ਰਾਜ ਭੋਗਣ ਕਰਕੇ ਵੀ ਨਹੀਂ ਹੈਗਾ। ਚਲੋ, ਜਗਤ ਮੋਹ ਫਾਸੀ ਅਜਰ, ਜਗਤ ਦੇ ਅੰਦਰ ਜਿਹੜੇ ਕਹਿੰਦੇ ਮੋਹ ਦੀ ਫਾਹੀ ਹੈ ਨਾ, ਉਹ ਅਕੱਟ ਵਾਰ ਨਹੀਂ ਕੱਟੀ ਜਾਂਦੀ, ਅਜਰ ਨਾ ਕੱਟੀ ਜਾਣ ਵਾਲੀ, ਕਟੇ ਨਾ ਆਨ ਉਪਾਅ, ਹੋਰ ਕਿਸੇ ਉਪਾਅ ਯਤਨ ਨਾਲ ਭਾਈ ਨਹੀਂ ਕੱਟੀ ਜਾਂਦੀ ਮੋਹ ਦੀ ਫਾਹੀ। ਜੋ ਨਿਜ ਸਤਸੰਗਤ ਕਰੇ, ਜਿਹੜਾ ਆਪਣੇ ਭਲੇ ਲਈ ਭਾਈ ਸਤਸੰਗਤ ਕਰਦਾ ਹੈ, ਸਹਿਜ ਮੁਕਤ ਹੋ ਜਾਏ, ਉਹ ਸੌਖੇ ਢੰਗ ਨਾਲ ਹੀ ਮੁਕਤੀ ਪਾ ਲੈਂਦਾ ਵਾ। ਇਹ ਪੰਕਤੀਆਂ ਪੜ੍ਹਨੀਆਂ ਪੈਂਦੀਆਂ ਜਦੋਂ ਸਤਸੰਗਤ ਦੀ ਮਹਿਮਾ ਦੱਸੀਏ, ਫਿਰ ਇਹਨਾਂ ਪੰਕਤੀਆਂ ਨੂੰ ਯਾਦ ਕਰ ਲਈਦਾ। ਚੰਗਾ, ਚਲੋ। ਕਾਮ ਧੇਨ ਅਰ ਕਲਪ ਤਰ, ਕਹਿੰਦੇ ਕਾਮ ਧੇਨ ਗਊ ਮੰਨੀ ਹੈ ਦੇਵਤਿਆਂ ਦੀ, ਫਿਰ ਕਲਪ ਬ੍ਰਿਸ਼ ਮੰਨਿਆ ਹੈ, ਜੋ ਸੇਵਤ ਫਲ ਹੋਏ, ਜਿਹੜਾ ਇਹਨਾਂ ਦੀ ਸੇਵਾ ਕਰਨੇ ਕਰਕੇ ਭਾਈ ਫਲ ਮਿਲਦਾ ਹੈ, ਸਤਸੰਗਤ ਛਿਨ ਏਕ ਮੈਂ, ਉਹ ਫਲ ਕਹਿੰਦੇ ਸਤਸੰਗਤ ਕਰਨ ਨਾਲ ਇੱਕ ਛਿਨ ਦੇ ਅੰਦਰ ਪ੍ਰਾਣੀ ਪਾਵੈ ਸੋਏ, ਪੁਰਾਣਾ ਧਾਰੀ ਜੀਵ ਜਿਹੜਾ ਨਾ ਉਹ ਪਾ ਲੈਂਦਾ ਹੈ, ਪਾਰਸ ਮੈਂ ਅਰ ਸੰਤ ਮੈਂ, ਕਹਿੰਦੇ ਪਾਰਸ ਵਿੱਚ ਤੇ ਅਜੇ ਸੰਤ ਵਿੱਚ ਬੜੋ ਅੰਤਰੋ ਜਾਨ, ਬੜਾ ਫਰਕ ਹੈ, ਜਾਣ ਲੈਣਾ ਕਰੋ, ਵਹਿ ਲੋਹਾ ਕੰਚਨ ਕਰੈ, ਪਾਰਸ ਤੇ ਲੋਹੇ ਨੂੰ ਕੰਚਨ ਸੋਨਾ ਕਰ ਦਿੰਦਾ, ਕੀ ਫਰਕ ਹੈ ਦੱਸਣ ਲੱਗੇ ਆ, ਵਹਿ ਕਰੈ ਆਪ ਸਮਾਨ, ਸੰਤ ਆਪਣੇ ਸਮਾਨ ਹੀ ਬਰਾਬਰ ਕਰ ਲੈਂਦੇ ਆ, ਪਾਰਸ ਆਪਣੇ ਬਰਾਬਰ ਪਾਰਸ ਤੇ ਨਹੀਂ ਨਾ ਬਣਾ ਸਕਦਾ, ਆਪਣੇ ਵਰਗਾ ਪਾਰਸ ਬਣਾ ਸਕਦਾ ਲੋਹੇ ਨੂੰ, ਸੋਹਣਾ ਜ਼ਰੂਰ ਕਰ ਦੂਗਾ, ਅਤੇ ਸੰਤ ਉਹ ਜਿੱਥੇ ਗਿਆਨ ਦਿੰਦੇ ਆ ਨਾ, ਸ਼ੁੱਧ ਸਰੂਪ ਬਣਾ ਦਿੰਦੇ ਆ, ਸੋਨਾ ਬਣ ਗਿਆ, ਉੱਥੇ ਆਪਣੇ ਵਰਗਾ ਹੀ ਬਣਾ ਲੈਂਦੇ, ਸਮਝ ਲੱਗੀ? ਇਹ ਫਰਕ ਵਾ ਪਾਰਸ ਵਿੱਚ ਅਤੇ ਸੰਤ ਵਿੱਚ, ਮਹਾਂਪੁਰਸ਼ਾਂ ਵਿੱਚ। ਵਿਦਵਤ ਜਗ ਕਰਤ ਸਦਾ, ਕਹਿੰਦੇ ਸਤਸੰਗਤ 'ਚ ਚੱਲ ਕੇ ਜਾਈਏ, ਸਾਧੂ ਕੋਲ ਚੱਲ ਕੇ ਜਾਈਏ, ਤਾਂ ਕੀ ਫਲ ਹੈ ਵਾ ਦੱਸਦੇ, ਫਿਰ ਪੜ੍ਹੋ।
ਵਿਧਵਤ ਜਗ ਕਰਤ ਸਦਾ, ਕਹਿੰਦੇ ਵਿਧਵਤ ਵਿਧੀ ਪੂਰਵਕ ਜਿਹੜੇ ਸਦਾ ਭਾਈ ਜੱਗ ਕਰਦੇ ਆ, ਜੇ ਦਵਿਜ ਉੱਤਮ ਗੋਤ, ਜਿਹੜੇ ਉੱਤਮ ਗੋਤ ਵਾਲੇ ਜਿਹੜੇ ਨਾ ਦਵਿਜ ਪੰਡਿਤ ਵਾ, ਸਾਧ ਨਿਕਟ ਚੱਲ ਜਾਤ ਹੀ, ਕਹਿੰਦੇ ਸਾਧੂ ਦੇ ਨਿਕਟ ਕੋਲ ਚੱਲ ਕਰਕੇ ਜਾਣ ਲੱਗਿਆ, ਸੋ ਫਲ ਪੱਗ ਪੱਗ ਹੋਤ, ਉਹ ਫਲ ਜਿਹੜਾ ਪੈਰ ਪੈਰ ਤੇ ਹੁੰਦਾ ਵਾ, ਇੱਕ ਇੱਕ ਅਸਮੇਧ ਜੱਗ ਦਾ ਫਲ ਇੱਕ ਇੱਕ ਪੈਰ ਤੇ ਮਿਲਦਾ ਵਾ, ਪਤਾ ਸਾਖੀ ਦੱਸਦਾ ਤੁਹਾਨੂੰ ਇੱਕ, ਕਹਿੰਦੇ ਰਾਜਸੂਏ ਜੱਗ ਨਾ ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਕੀਤੀ ਸੀ ਅਤੇ ਇਹਨਾਂ ਰਾਜਸੂਏ ਜੱਗ ਕੀਤਾ ਸੀ, ਅਤੇ ਪਰ ਉਹ ਜੱਗ ਦੀ ਸੰਪੂਰਨਤਾ ਦੀ ਇੱਕ ਨਿਸ਼ਾਨੀ ਹੁੰਦੀ ਸੀ ਵੀ ਉਹ ਖੀਰ 'ਤੇ ਘੜਿਆਲ ਆਪਣੇ ਆਪ ਵੱਜੇ ਤਾਂ ਸਮਝਿਆ ਜਾਂਦਾ ਸੀ ਜੱਗ ਸੰਪੂਰਨ ਹੋਇਆ, ਨਹੀਂ ਤਾਂ ਸੰਪੂਰਨ ਨਹੀਂ ਸਮਝਦੇ। ਅਤੇ ਹੁਣ ਵਿਧਵਤ ਕਰਤਾ ਜੱਗ ਸਦਾ ਵਿਧੀ ਪੂਰਵਕ ਜਿਹੜੇ ਸਦਾ ਜੱਗ ਕਰਦੇ ਆ, ਅਤੇ ਜਿਹੜੇ ਉੱਤਮ ਚੰਗੀਆਂ ਕੁੱਲਾਂ ਵਾਲੇ ਉੱਚੀਆਂ ਕੁੱਲਾਂ ਵਾਲੇ ਬ੍ਰਾਹਮਣ ਲਿਆ ਲਿਆ ਕੇ ਉਹਨਾਂ ਨੇ ਬੜਾ ਸਾਰਾ ਜੱਗ ਕੀਤਾ ਬੜੀ ਵਿਧੀ ਪੂਰਵਕ, ਪਰ ਉਹਨਾਂ ਦਾ ਟਲ ਨਹੀਂ ਖੜਕਦਾ। ਅਤੇ ਫਿਰ ਕ੍ਰਿਸ਼ਨ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ, ਕ੍ਰਿਸ਼ਨ ਜੀ ਕਹਿੰਦੇ ਭਾਈ ਇੱਕ ਨਿਰਾਸ਼ਾ ਵਾ ਜਿਹਨੂੰ ਆਸ਼ ਨਹੀਂ ਹੈਗੀ ਕੋਈ ਵੀ, ਉਹ ਸਾਧੂ ਆ ਉਹਨੂੰ ਲੈ ਕੇ ਆਓ। ਕਹਿੰਦੇ ਫਿਰ ਯੁਧਿਸ਼ਠਿਰ ਜੀ ਕਹਿਣ ਲੱਗੇ, ਮਹਾਰਾਜ ਜੋਗੀ ਕੰਨ ਪਟਾ ਦੇਖੇ, ਜੋਗੀ ਜਟਾ ਧਰ ਦੇਖੇ, ਜੋਗੀ ਨਖਾ ਧਰ ਦੇਖੇ, ਐਸਾ ਉਹਨੂੰ ਹੀ ਕਹੂੰ ਜੋ ਆਸਾ ਨਾ ਹੈ ਧਾਰ ਹੈ। ਕਹਿੰਦੇ ਐਸਾ ਕੋਈ ਵੀ ਨਹੀਂ ਜਿਹੜਾ ਆਸਾ ਨਹੀਂ ਧਾਰਦਾ, ਵੀ ਜਟਾਵਾਂ ਵਾਲੇ ਜੋਗੀ ਵੀ ਵੇਖੇ ਆ, ਕੰਨ ਪਾਟੇ ਜੋਗੀ ਵੀ ਵੇਖੇ ਆ, ਨਹੁੰ ਵਧਾਉਣ ਵਾਲੇ ਵੀ ਵੇਖੇ ਆ, ਦੱਤਾਤਰੇ ਦੇ ਸੇਵਕ, ਪਰ ਐਸਾ ਤਾਂ ਕ੍ਰਿਸ਼ਨ ਜੀ ਕੋਈ ਵੀ ਨਹੀਂ ਜਿਹਨੂੰ ਕੋਈ ਆਸਾ ਨਾ ਹੋਵੇ। ਕ੍ਰਿਸ਼ਨ ਜੀ ਕਹਿੰਦੇ ਹੈਗਾ ਇੱਕ ਭਾਈ, ਕਹਿੰਦੇ ਉਹ ਬਾਲਮੀਕ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਲਿਖਿਆ ਬਾਲਮੀਕ ਜੀ ਬਾਰੇ। ਇਹ ਬਾਲਮੀਕ ਜੀ ਦੋ ਹੋਏ ਆ, ਜਿਨ੍ਹਾਂ ਨੇ ਸ਼੍ਰੀ ਰਾਮ ਚੰਦਰ ਜੀ ਦੇ ਬਾਰੇ ਰਮਾਇਣ ਲਿਖੀ ਆ, ਉਹ ਸ਼੍ਰੀ ਰਾਮ ਚੰਦਰ ਜੀ ਤੋਂ 10,000 ਵਾਰਾਂ ਉਹ ਬ੍ਰਹਮਾ ਜੀ ਦੇ ਅਵਤਾਰ ਮੰਨੇ ਗਏ, ਆਦਿ ਕਵੀ ਉਹਨਾਂ ਨੂੰ ਕਹਿੰਦੇ ਆ। ਉਹ ਮਤਲਬ ਬਾਲਮੀਕ ਜੀ ਹੋਰ ਸੀ, ਇਹ ਫਿਰ ਮਤਲਬ ਵੀ ਜਿਹੜਾ ਬਾਲਮੀਕ ਜੀ ਹੋਏ ਆ ਇਹ ਦੁਆਬਰ ਤੱਕ ਰਹੇ ਆ, ਇਹ ਰਾਹ ਮਾਰਦੇ ਹੁੰਦੇ ਸੀ ਹਾਂਜੀ, ਅਤੇ ਸਾਧੂਆਂ ਤੋਂ ਉਪਦੇਸ਼ ਲੈ ਕੇ ਇਹਨਾਂ ਨੂੰ, ਜਦੋਂ ਮਹਾਰਾ ਬਾਣੀ 'ਚ ਵੀ ਲਿਖਿਆ ਨਾ, ਰੇ ਚਿੱਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਕਹਿ ਦੇਖ, ਕਿਸ ਜਾਤ ਅਤੇ ਕਿਸ ਪਦੇ ਹਮਰਿਓ, ਭੰਗੀਆਂ ਦੀ ਜਾਤ ਸੀ ਉਹਨਾਂ ਦੀ, ਰਾਮ ਭਗਤ ਵਸੇਖ। ਅਤੇ ਫਿਰ ਉਹਨੂੰ ਗਏ ਪਾਂਡਵ ਕਹਿਣ ਕਿ ਮਹਾਰਾਜ ਆਓ ਸਾਡੇ ਜੱਗ 'ਚ, ਅਤੇ ਉਹ ਅੱਗੋਂ ਬਾਲਮੀਕ ਜੀ ਕਹਿੰਦੇ ਵੀ ਜੇ ਤੁਸੀਂ ਮੈਨੂੰ 100 ਅਸਮੇਧ ਜੱਗ ਦਾ ਫਲ ਦਿਓਗੇ ਫਿਰ ਜਾਊਂਗਾ। ਉਹ ਕਹਿੰਦੇ ਮਹਾਰਾਜ ਵੀ ਸਾਡੇ ਕੋਲ ਤਾਂ ਇੱਕ ਨਹੀਂ ਹੋਣ ਡਿਆ, ਤਾਂ 100 ਦਾ ਫਲ ਕਿੱਥੋਂ ਦਈਏ। ਉਹ ਆ ਗਏ ਵਿਚਾਰੇ ਕੰਨ ਢਿੱਲੇ ਕਰਕੇ ਵਾਪਸ, ਫਿਰ ਉਹਨਾਂ ਦੱਸਿਆ ਆ ਕੇ ਕ੍ਰਿਸ਼ਨ ਜੀ ਵੀ ਉਹ ਤਾਂ 100 ਅਸਮੇਧ ਜੱਗ ਦਾ ਫਲ ਅਸੀਂ ਕਿੱਥੋਂ ਦਈਏ ਪਹਿਲਾਂ, ਅਤੇ ਫਿਰ ਉਹਨਾਂ ਨੂੰ ਲੈ ਕੇ ਆਈਏ। ਫਿਰ ਦਰੋਪਤਾ ਕਹਿੰਦੀ ਵੀ ਮਹਾਰਾਜ ਮੈਨੂੰ ਆਗਿਆ ਕਰੋ ਮੈਂ ਲੈ ਕੇ ਆਵਾਂ। ਉਹ ਕਹਿੰਦੇ ਚੰਗਾ ਦਰੋਪਤਾ ਤੂੰ ਜਾ। ਫਿਰ ਦਰੋਪਦੀ ਗਈ ਅਤੇ ਦਰੋਪਦੀ ਨੇ ਫਿਰ ਕਿਹਾ ਕਿ ਮਹਾਰਾਜ ਵੀ ਪੁਸਤਕਾਂ 'ਚ ਲਿਖਿਆ ਵਾ ਵੀ ਵਿਧਵਤ ਕਰਤਾ ਜੱਗ ਸਦਾ ਦੇ ਤਿਜ ਉੱਤਮ ਲੋਕ, ਸਾਧ ਨਿਕਟ ਚੱਲ ਜਾਈਏ ਸੋ ਫਲ ਪੱਗ ਪੱਗ ਹੋਤ, ਵੀ ਜੇ ਸਾਧੂ ਦੀ ਸਤਸੰਗਤ ਵਿੱਚ ਚੱਲ ਕੇ ਜਾਈਏ ਅਤੇ ਇੱਕ ਇੱਕ ਪੈਰ ਦੇ ਧਰਿਆ ਇੱਕ ਇੱਕ ਅਸਮੇਧ ਜੱਗ ਦਾ ਇੱਕ ਇੱਕ ਰਾਜਸੂਏ ਜੱਗ ਦਾ ਫਲ ਮਿਲਦਾ ਵਾ, ਅਤੇ ਮਹਾਰਾਜ 100 ਕਦਮਾਂ ਦਾ ਫਲ ਤੁਸੀਂ ਆਪਣੇ ਕੋਲ ਰੱਖ ਲਓ ਅਤੇ ਬਾਕੀ ਮੇਰੀ ਝੋਲੀ ਪਾ ਦਿਓ ਅਤੇ ਚਲੋ ਉੱਠ ਕੇ। ਅਤੇ ਬਾਲਮੀਕ ਜੀ ਉੱਠ ਕੇ ਤੁਰ ਪਏ। ਸਤਸੰਗਤ ਮਹਾਨ ਹੋਈ ਨਾ ਜੱਗ ਕਰਨ ਤੋਂ ਵੀ। ਫਿਰ ਮਹਾਰਾਜ ਜੀ ਨੇ ਵੀ ਕਿਹਾ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਜਿਹੜੇ ਗੁਰੂ ਨਾਨਕ ਸਾਹਿਬ ਦੀ ਬਾਣੀ ਮਹਾਰਾਜ ਕਹਿੰਦੇ ਭਾਈ ਸੁਣਦੇ ਆ ਕੰਨਾਂ ਨਾਲ ਗਾਉਂਦੇ ਆ ਆਪਣੀ ਰਸਨਾ ਤੋਂ, ਕਈ ਕਰੋੜਾਂ ਹੀ ਜੱਗਾਂ ਦਾ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ। ਕਈ ਕੋਟਕ ਜੱਗ ਫਲਾ, ਇੱਕ ਨਹੀਂ ਦੋ ਨਹੀਂ, ਕਈ ਕੋਟਕ ਜੱਗ ਫਲਾ ਹਾਂਜੀ। ਅਤੇ ਕਹਿੰਦੇ ਆ ਸੋ ਫਲ ਪੱਗ ਪੱਗ ਹੋਤ, ਉਹ ਫਲ ਜਿਹੜਾ ਨਾ ਕਿੱਥੋਂ, ਪਹਿਲਾਂ ਉੱਤਮ ਜੋ ਜਾਤ ਦੇ ਬ੍ਰਾਹਮਣ ਇਕੱਠੇ ਕਰੋ, ਫਿਰ ਵਿਧੀ ਪੂਰਵਕ ਜੱਗ ਕਰੋ। ਪਤਾ ਕਿੰਨੀ ਵਿਧੀ ਹੁੰਦੀ ਹੈ, ਉਹ ਤਾਂ ਕੋਈ ਰਾਜਾ ਮਹਾਰਾਜਾ ਕਰ ਸਕਦਾ ਸੀ। ਅਤੇ ਜਿਹੜੇ ਅਸੀਂ ਇੱਕ ਇੱਕ ਕਦਮ ਚੱਲ ਕੇ ਸਤਸੰਗਤ ਵੱਲ ਨੂੰ ਜਾਂਦੇ ਹਾਂ ਨਾ, ਇੱਕ ਇੱਕ ਕਦਮ ਇੱਕ ਇੱਕ ਅਸਮੇਧ ਜੱਗ ਆ, ਇੱਕ ਇੱਕ ਕਦਮ ਇੱਕ ਇੱਕ ਰਾਜਸੂਏ ਜੱਗ ਆ, ਇਹ ਕਹਿੰਦੇ ਆ। ਸੋ ਫਲ ਇੱਕ ਇੱਕ ਪੈਰ 'ਤੇ ਚੱਲ। ਦਇਆ ਆਦਿ ਤੇ ਧਰਮ ਸਭ, ਕਹਿੰਦੇ ਦਇਆ ਅਤੇ ਦਇਆ ਆਦਿਕ ਜਿਹੜੇ ਸਾਰੇ ਧਰਮ ਦੇ ਜੋ ਗੁਣ ਹਨ,
ਜਪ ਤਪ ਸੰਜਮ ਦਾਨ, ਜਪ ਕਰਨਾ ਤਪ ਕਰਨਾ ਅਤੇ ਸੰਜਮ ਸਾਧ ਜਿਹੜਾ ਸੰਜਮ ਰੱਖਣਾ ਇੰਦਰੀਆਂ ਦੇ ਉੱਤੇ, ਮਨ ਦੇ ਵਿਕਾਰ ਨਾ ਪੂਰਨ ਦੇਣੇ ਅਤੇ ਦਾਨ ਕਰਨਾ, ਜੋ ਪ੍ਰਾਪਤ ਇਹਨਾਂ ਸਭਨ ਤੇ, ਜੋ ਪ੍ਰਾਪਤ ਹੁੰਦਾ ਇਹਨਾਂ ਸਾਰਿਆਂ ਤੋਂ, ਸੋ ਸਤਸੰਗ ਪ੍ਰਮਾਣ, ਉਹ ਸਤਸੰਗਤ ਦੇ ਅੰਦਰ ਭਾਈ ਪ੍ਰਮਾਣਿਕ ਭਾਵ ਉਸੇ ਵੇਲੇ ਪ੍ਰਾਪਤ ਹੋ ਜਾਂਦਾ। ਸਾਧਨਾ ਕਰਨ ਨਾਲ ਜੋ ਕੁਝ ਪ੍ਰਾਪਤ ਹੁੰਦਾ, ਜੋ ਕੁਝ ਜਪ ਕਰਕੇ ਤਪ ਕਰਕੇ, ਹੈ ਨਾ, ਅਤੇ ਸਤਸੰਗਤ ਅਤੇ ਥੋੜ੍ਹੀ ਕਰਨ ਨਾਲ ਹੀ ਬਹੁਤਾ ਫਲ ਪ੍ਰਮਾਣ ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਤੀਰਥ ਗੰਗਾ ਆਦਿਕ ਸਭੈ, ਕਹਿੰਦੇ ਤੀਰਥ ਹਨ ਜੋ ਗੰਗਾ ਆਦਿਕ ਸਾਰੇ, ਕਰ ਨਿਸ਼ਚੈ ਸੇਵੈ ਜੋ, ਜਿਹੜਾ ਨਿਸ਼ਚੈ ਕਰਕੇ ਸੇਵਦਾ ਹੈ, ਸੋ ਕੇਵਲ ਸਤਸੰਗ ਮੈਂ, ਕਹਿੰਦੇ ਉਹ ਕੇਵਲ ਇੰਨੇ ਤੀਰਥਾਂ ਨੂੰ ਸੇਵਨ ਦੀ ਲੋੜ ਨਹੀਂ, ਕੇਵਲ ਸਤਸੰਗਤ ਕਰ ਲਵੇ, ਪੁਰਾਣੀ ਫਲ ਲੇਵੈ ਜੋ, ਅਤੇ ਪੁਰਾਣੀ ਫਲ ਜਿਹੜਾ ਲੈ ਲੈਂਦਾ ਹੈ ਭਾਈ, ਜਿਹੜਾ ਤੀਰਥਾਂ ਦੀ ਸੇਵਾ ਕਰਕੇ ਕਿੱਥੇ ਨੰਗੇ ਪੈਰੀਂ ਤੁਰ ਤੁਰ ਕੇ ਜਾਵੇ, ਕਿੰਨਾ ਕਸ਼ਟ ਹੁੰਦਾ, ਅਤੇ ਜੇ ਤੁਰ ਕੇ ਵੀ ਨਹੀਂ ਜਾਣਾ ਤਾਂ ਗੱਡੀਆਂ 'ਚ ਜਾਣਾ ਕਿਹੜਾ ਸੌਖਾ, ਜਹਾਜ਼ 'ਚ ਜਾਣਾ ਵੀ ਕਿਹੜਾ ਸੌਖਾ, ਹੈ ਨਾ, ਅਤੇ ਤੁਰ ਤੁਰ ਕੇ ਜਾਂ ਨੰਗੇ ਪੈਰੀਂ ਕਰਦੇ ਹੁੰਦੇ ਨਾ ਯਾਤਰਾ, ਜਿਹੜੇ ਤੀਰਥ ਯਾਤਰਾ ਕਰਦੇ, ਕਹਿੰਦੇ ਉਹ ਗੰਗਾ ਤੋਂ ਆਦਿਕ ਲੈ ਕੇ ਸਾਰੇ ਤੀਰਥ ਜਿਹੜੇ ਵੱਡੇ ਮੰਨੇ ਆ ਉਹਨਾਂ ਦੀ ਭਾਈ, ਜੇ ਕੋਈ ਮਤਲਬ ਤੀਰਥਾਂ 'ਤੇ ਫਲ ਪ੍ਰਾਪਤ ਕਰਦਾ ਹੈ, ਉਹ ਫਲ ਤਾਂ ਕਹਿੰਦੇ ਬਹੁਤ ਛੋਟੇ ਜਿਹੇ ਆ, ਅਤੇ ਜੇ ਉਹ ਫਲ ਪ੍ਰਾਪਤ ਕਰਨੇ ਆ ਤਾਂ ਵੀ ਥੋੜ੍ਹੀ ਜਿੰਨੀ ਸਤਸੰਗਤ ਕਰ ਲਏ, ਸਾਰੇ ਫਲ ਪ੍ਰਾਪਤ ਹੋ ਜੂਗੇ। ਬ੍ਰਹਮਾ ਦਿੱਕ ਦੇਵਾ ਸਕਲ, ਬ੍ਰਹਮਾ ਤੋਂ ਆਦਿਕ ਲੈ ਕੇ ਜਿਹੜੇ ਸਾਰੇ ਦੇਵੀ ਦੇਵਤੇ ਹਨ 33 ਕਰੋੜ, ਤਿੰਨ ਭਜ ਜੋ ਫਲ ਹੋਤ, ਇਹਨਾਂ ਦਾ ਭਜਨ ਕਰਨੇ ਕਰਕੇ ਜਿਹੜਾ ਫਲ ਹੁੰਦਾ, ਕੋਈ ਫਿਰ ਹਨੂੰਮਾਨ ਜੀ ਦਾ ਚਲੀਸਾ ਕੱਟਦਾ, ਕੋਈ ਸਰਸਵਤੀ ਦੀ ਪੂਜਾ ਕਰਦਾ, ਕੋਈ ਗਣੇਸ਼ ਜੀ ਦੀ ਪੂਜਾ ਕਰਦਾ, ਕੋਈ ਵਿਸ਼ਨੂੰ ਜੀ ਨੂੰ ਅਰਾਧਦਾ, ਕੋਈ ਸ਼ਿਵਾ ਨੂੰ ਅਰਾਧਦਾ, ਅਤੇ ਕੋਈ ਵਿਸ਼ਕਰਮਾ ਜੀ ਦੀ ਪੂਜਾ ਕਰਦਾ, ਅੱਗੇ ਫੁੱਟੇ ਫੱਟੇ ਜੇ ਰੱਖ ਕੇ ਉਹ ਸਾਰੇ ਦਾਤਰੀਆਂ ਦੂਤਰੀਆਂ ਰੱਖ ਕੇ, ਅਤੇ ਬੜੇ ਢੰਗਾਂ ਨਾਲ ਪੂਜਾ ਕਰਦੇ, ਹੈ ਨਾ ਜਿਹੜਾ ਭਾਈ। ਫਿਰ ਪੜ ਪੰਕਤੀ, ਬ੍ਰਹਮਾ ਆਦਿਕ ਦੇਵਾ ਸਕਲ, ਬ੍ਰਹਮਾ ਆਦਿਕ ਤੋਂ ਲੈ ਕੇ ਸਾਰੇ ਦੇਵਤੇ ਜਿਹੜੇ ਭਾਈ ਸਾਰੇ ਹਨ, ਤਿੰਨ ਭਜ ਜੋ ਫਲ ਹੋਤ, ਇਹਨਾਂ ਦੀ ਸੇਵਾ ਭਜਨ ਕਰਨੇ ਕਰਕੇ ਜਿਹੜਾ ਫਲ ਹੁੰਦਾ ਹੈ, ਸਤਸੰਗਤ ਮੈਂ ਸਹਿਜ ਹੀ, ਸਤਸੰਗਤ ਦੇ ਅੰਦਰ ਕਹਿੰਦੇ ਸੌਖੇ ਢੰਗ ਨਾਲ ਹੀ, ਵਿਗਹਿ ਹੋਤ ਅਦੋਤ, ਵਿਗਹਿ ਬੜੀ ਛੇਤੀ ਨਾਲ ਅਦੋਤ ਪ੍ਰਗਟ ਹੋ ਜਾਂਦਾ ਹੈ, ਤਾਂ ਫਿਰ ਸਤਸੰਗਤ ਕਰਨੀ ਚੰਗੀ ਹੈ ਨਾ, ਹੈ ਅਤੇ ਕਿੱਥੇ ਕੋਈ ਇੰਨਾ ਪੰਗੇ 'ਚ ਫਸਿਆ ਰਹੇ ਵੀ ਕਿਹਨੂੰ ਇਰਾਦੇ ਕੀ ਕਰੇ, ਚੁੱਪ ਕਰਕੇ ਸਤਸੰਗਤ ਕਰੇ, ਨਿਰੰਕਾਰ ਦੀ ਯਾਦ 'ਚ ਜੁੜੇ ਵਾਹਿਗੁਰੂ। ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ, ਜਿਹਨੇ ਸਤਸੰਗਤ ਕਰ ਲਈ ਉਹਨੇ ਸਾਰੇ ਦੇਵਤੇ ਸਭ ਪੀਰ ਫਕੀਰ ਮਨਾ ਲਏ, ਸਭ ਗੁਰ ਪੀਰ ਹਮਾਰੇ, ਭਗਤ ਕਬੀਰ ਸਾਹਿਬ ਕਹਿੰਦੇ ਉਹਨੂੰ, ਸਭ ਪਿਆਰ ਕਰਦੇ, ਜਿਹੜਾ ਨਿਰੰਕਾਰ ਦਾ ਪਿਆਰ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਚਲੋ, ਵੇਦਾ ਦਿਕ ਵਿਦਿਆ ਸਭੈ, ਹੁਣ ਵੇਦਾਂ ਅਤੇ ਆਦਿਕ ਕਹਿੰਦੀ ਜਿਹੜੇ ਜਿਹੜੀ ਵਿੱਦਿਆ ਹੈ ਸਾਰੀ, ਜਿਹੜੇ 6 ਸ਼ਾਸਤਰ 18 ਪੁਰਾਣ, ਪਾਵੈ ਪੜੈ ਜੋ ਕੋਈ, ਜਿਹੜਾ ਉਹਨਾਂ ਨੂੰ ਪੜ੍ਹ ਕਰਕੇ ਪਾਉਂਦਾ ਹੈ ਪ੍ਰਾਣੀ, ਜੋ ਗਿਆਨ ਪਾਉਂਦਾ ਹੈ, ਸਤਸੰਗਤ ਖਿਨ ਏਕ ਮੈਂ, ਕਹਿੰਦੇ ਸਤਸੰਗਤ ਦੇ ਵਿੱਚ ਇੱਕ ਛਿਨ ਦੇ ਅੰਦਰ ਹੋਏ ਹੋਏ ਸੋ ਅਨੁਭਵ ਲੋਏ, ਉਹ ਅਨੁਭਵ ਲੋਏ ਪ੍ਰਕਾਸ਼ ਪ੍ਰਾਪਤ ਹੋ ਜਾਂਦਾ। ਉਹ ਕਿੱਦਾਂ ਹੁਣ ਹੋ ਜਾਂਦਾ, ਕਹਿੰਦਾ ਵੀ ਬੜਾ ਬੜਾ ਭਾਈ ਵੇਦ ਕਿੰਨਾ ਚਿਰ ਪੜ੍ਹਨੇ, ਸ਼ਾਸਤਰ ਪੜ੍ਹਨੇ, ਇਹ ਕਿੱਦਾਂ ਹੋਜੂਗਾ, ਜਦੋਂ ਸਤਸੰਗਤ ਕਰਦਾ ਨਾ ਮਨ ਨਾਲ ਜੁੜ ਕੇ, ਉਦੋਂ ਅੰਤਰ ਆਤਮੇ ਦ੍ਰਿਸ਼ਟੀ ਖੁੱਲ੍ਹਦੀ ਹੈ। ਫਿਰ ਹੁਣ ਭਗਤ ਕਬੀਰ ਸਾਹਿਬ ਜੀ ਸਤਸੰਗੀ ਸੀ, ਭਗਤ ਕਬੀਰ ਸਾਹਿਬ ਤਾਂ ਕਿਸੇ ਸਕੂਲ 'ਚ ਵਿੱਦਿਆ ਨਹੀਂ ਪੜ੍ਹੇ, ਨਾ ਕਿ ਇਹਦੇ ਵੇਦ ਸ਼ਾਸਤਰ ਪੜ੍ਹਿਆ, ਕਬੀਰ ਸਾਹਿਬ ਨੇ ਤਾਂ ਵੇਦਾਂ ਸ਼ਾਸਤਰਾਂ ਦੀਆਂ ਘੁੰਡੀਆਂ ਕਿੱਦਾਂ ਖੋਲ੍ਹ ਖੋਲ੍ਹ ਦੱਸੀਆਂ, ਹੈਂ। ਕੋਈ ਕੋਈ ਸਿਮਰਤੀਆਂ ਨੂੰ ਪੜ੍ਹਨ ਵਾਲਾ, ਕੋਈ 18 ਪੁਰਾਣ ਨੂੰ ਪੜ੍ਹਿਆ, ਬ੍ਰਾਹਮਣ ਕੰਠਸਥਲ ਹੁੰਦੇ ਸੀ ਬ੍ਰਾਹਮਣਾਂ ਨੂੰ ਉਦੋਂ, ਹੈਂ, ਅਤੇ ਕਬੀਰ ਸਾਹਿਬ ਦੇ ਸਾਹਮਣੇ ਆ ਜਾਂਦੇ, ਅਤੇ ਕਿਵੇਂ ਕਬੀਰ ਸਾਹਿਬ ਨੇ ਸਭ ਦੀਆਂ ਗੋਡੀਆਂ ਲਵਾਈਆਂ, ਕਿਉਂਕਿ ਸਤਸੰਗੀ ਸੀ, ਉਹਨਾਂ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਸੀ। ਜਿੱਦਾਂ ਕਹਿੰਦੇ ਨੇ, ਅੰਧਿਆਰੇ ਦੀਪਕ ਚਹੀਏ ਇੱਕ ਬਸਤਾ ਗੋਚਰ ਲਹੀਏ, ਬਸਤਾ ਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਉਹ ਅੰਦਰ ਪ੍ਰਕਾਸ਼ ਪ੍ਰਗਟ ਹੋ ਜਾਂਦਾ ਭਾਈ ਸਤਸੰਗਤ ਕਰਨ ਨਾਲ, ਛਿਨ ਮਾਤਰ ਸਮੇਂ 'ਚ ਹੀ ਨਾਲੇ, ਜੇ ਪਿਆਰ ਨਾਲ ਮਹਾਰਾਜ ਦੀ ਸਤਸੰਗਤ ਕਰੇ। ਕਿੰਗ ਸੁਮੇਰ ਕੈਲਾਸ਼ ਕਿੰਗ, ਕਹਿੰਦੇ ਕੀ ਹੈ ਸੁਮੇਰ ਪਰਬਤ, ਕੀ ਹੈ ਕੈਲਾਸ਼ ਪਰਬਤ ਭਾਈ, ਜਿੱਥੇ ਸ਼ਿਵਜੀ ਮਹਾਰਾਜ ਰਹਿੰਦੇ ਆ, ਸਭ ਤਰ ਤਰੈ ਰਹੰਤ, ਸਾਰੇ ਬ੍ਰਿਖਸ਼ ਥੱਲੇ ਹੀ ਰਹਿ ਜਾਂਦੇ, ਉੱਤੇ ਰੁੱਖ ਨਹੀਂ ਹੁੰਦਾ, ਕਹਿੰਦਾ ਉੱਥੇ ਬਰਫ਼ ਪੈਂਦੀ, ਉੱਤੇ ਰੁੱਖ ਨਹੀਂ ਹੁੰਦਾ ਕੋਈ ਵੀ, ਸਤਸੰਗਤ ਗਿਰ ਮਲੈ ਸਮ, ਕਹਿੰਦੇ ਜਿਹੜਾ ਸਤਸੰਗਤ ਰੂਪੀ ਗਿਰ ਪਹਾੜ ਹੈ ਨਾ, ਉਹ ਚੰਦਨ ਦੇ ਪਹਾੜ ਦੇ ਸਮਾਨ ਹੈ।
ਸਾਹਿਬ ਉਦਾਂ ਸੁਮੇਰ ਪਰਬਤ ਦੀ ਪੂਜਾ ਕਰਦੇ ਨਾ, ਉੱਥੇ ਰਿਸ਼ੀ ਮੁਨੀ ਰਹਿੰਦੇ ਆ, ਤਪੱਸਿਆ ਕਰਦੇ ਆ, ਸਿੱਧ ਉੱਥੇ ਹੀ ਰਹਿੰਦੇ ਸੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸੁਮੇਰ ਪਰਬਤ 'ਤੇ ਗਏ ਸੀ, ਅਤੇ ਸ਼ਿਵ ਜੀ ਰਹਿੰਦੇ ਉੱਥੇ ਕੈਲਾਸ਼ਪੁਰੀ ਦੇ ਅੰਦਰ, ਮੰਨਦੇ ਆ ਵੀ ਕੈਲਾਸ਼ ਪਰਬਤ 'ਤੇ ਰਹਿੰਦੇ ਆ। ਫਿਰ ਇਹ ਕਹਿੰਦੇ ਆ ਕੀ ਹੈ ਸੁਮੇਰ ਪਰਬਤ 'ਤੇ, ਕੀ ਆ ਕੈਲਾਸ਼ ਪਰਬਤ? ਕਹਿੰਦੇ ਸਭ ਤੋਂ ਵੱਡਾ ਪਰਬਤ, ਅਤੇ ਕਹਿੰਦੇ ਪੂਜਨੀਕ ਹੋਣ ਕਰਕੇ ਕਹਿੰਦੇ ਆ ਵੀ ਭਾਈ ਸਤਸੰਗਤ ਸਭ ਤੋਂ ਵੱਡਾ ਪਰਬਤ ਆ। ਉਹ ਕਿਹੜਾ ਪਰਬਤ? ਚੰਦਨ ਦਾ ਦੱਸਦੇ। ਹਾਂ, ਸਭ ਤਰ ਮਲੈ ਕਰੰਤ, ਸਾਰੇ ਜਿੱਦਾਂ ਚੰਦਨ ਦਾ ਰੁੱਖ ਹੁੰਦਾ ਅਤੇ ਉਹ ਇੱਕ 52 ਉਂਗਲੀ ਹੁੰਦਾ ਅਤੇ ਸਾਰੇ ਜੰਗਲ ਨੂੰ ਹੀ ਕਰ ਦਿੰਦਾ ਹੈ। ਅੱਜ ਜਿਹੜੇ ਬਚਨ ਆ ਰਹੇ ਸੀ ਨਾ, ਕਥਾ ਦੇ ਵਿੱਚ ਵੀ ਆ ਰਹੇ ਨਾ, ਉਹ ਕਬੀਰ ਸਾਹਿਬ ਜੀ ਕਹਿ ਰਹੇ ਸੀ, ਕਬੀਰ ਸਾਹਿਬ ਦਾ ਜਿਹੜਾ ਬਚਨ ਆ ਰਿਹਾ ਸੀ, ਪਾਰਸ ਕੇ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਹੈ ਨਾ। ਅਤੇ ਇੱਦਾਂ ਜਿਹੜੇ ਹੋਰ ਜੰਗਲ ਦੇ ਰੁੱਖ ਆ ਨਾ, 52 ਚੰਦਨ ਜਿਹੜਾ ਉਹਨਾਂ ਸਭ ਨੂੰ ਕਰ ਦਿੰਦਾ ਚੰਦਨ, ਅਤੇ ਜਿਹੜਾ ਪਹਾੜੀ ਚੰਦਨ ਦਾ ਹੋਵੇ ਤਾਂ ਫਿਰ ਸਾਰੇ ਬ੍ਰਿਕਸ਼ਾਂ ਨੂੰ ਚੰਦਨ ਕਰ ਦਿੰਦਾ। ਬ੍ਰਿਕਸ਼ਾਂ ਦੀ ਨਿਆਈ ਕੀ ਆ? ਜਿਹੜੇ ਸਤਸੰਗੀ ਆ, ਕਰਨ ਸਤਸੰਗਤ ਕਰਨ ਜਾਂਦੇ ਆ, ਮਨ ਸਾਡੇ ਨਿੰਮ ਵਰਗੇ, ਰੰਡ ਵਰਗੇ, ਕੌੜੇ, ਫਿੱਕੇ, ਪਰ ਜਦੋਂ ਮਹਾਰਾਜ ਦੀ ਸਤਸੰਗਤ ਕਰੀਏ ਤਾਂ ਅੰਦਰ ਠੰਡ ਪੈ ਜਾਂਦੀ ਹੈ, ਚੰਦਨ ਹੀ ਬਣ ਜਾਂਦਾ, ਅਸੀਂ ਚੰਦਨ ਚੰਦਨ ਬਣਾ ਲੈਂਦਾ ਆਪਣੇ ਵਰਗਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਤਸੰਗਤ ਜਿਹੜੀ ਆ, ਉਹ ਆਪਣੇ ਵਰਗਾ ਸਾਨੂੰ ਬਣਾ ਲੈਂਦੀ ਆ। ਮੁਕਤ ਦੁਆਰ ਪਾਲਕ ਚਤਰ, ਹਾਂ, ਕਹਿੰਦੇ ਕਿੰਨੇ ਹੋ ਗਏ ਆ ਪੂਰੇ? ਕਿੰਨੇ? ਛੱਬੀ ਨੇ। ਛੱਬੀ ਨੇ ਪੂਰੇ ਕਰਨੇ? ਚਲੋ ਪੜੋ ਫਿਰ। ਮੁਕਤ ਦੁਆਰ ਪਾਲਕ ਚਤਰ, ਕਹਿੰਦੇ ਮੁਕਤੀ ਦੇ ਦੁਆਰੇ ਦੇ ਉੱਤੇ ਚਾਰ ਦੁਆਰਪਾਲ ਹਨ। ਸਮ ਸੰਤੋਖ ਵਿਚਾਰ, ਪਹਿਲਾਂ ਤਾਂ ਕਹਿੰਦੇ ਚਿੱਤ ਨੂੰ ਸਮ ਰੱਖਣਾ, ਇੰਦਰੀਆਂ ਦਾ ਜਿਹੜਾ ਨਾ ਉਹ ਮਨ ਨੂੰ ਵਿਕਾਰਾਂ ਤੋਂ ਰੋਕਣਾ, ਅਤੇ ਫਿਰ ਕੀ ਆ ਸਮ ਤੋਂ ਅੱਗੇ? ਸੰਤੋਖ। ਸੰਤੋਖ ਇੱਕ ਦੁਆਰਪਾਲ ਹੈ। ਵਿਚਾਰ, ਅਤੇ ਵਿਚਾਰ ਕਰਨੀ ਮਾੜੇ ਅਤੇ ਚੰਗੇ ਦੀ, ਵਿਚਾਰ ਰੱਖਣੀ ਆਪਣੇ ਅੰਦਰ, ਇਹ ਤੀਸਰਾ ਦੁਆਰਪਾਲ ਹੈ। ਚੌਥੇ ਸਤਸੰਗਤ ਪਰਮ, ਤੇ ਚੌਥਾ ਦੁਆਰਪਾਲ ਕੀ ਹੈ? ਸਤਸੰਗਤ ਕਰੇ ਪਰਮ, ਜਿਹੜੀ ਸਭ ਤੋਂ ਵੱਡੀ। ਮਹਾਪੂਜ ਨਿਰਧਾਰ, ਮਹਾਪੂਜ ਨਿਰਧਾਰ ਇੱਕ ਰਸ ਬਹੁਤ ਜ਼ਿਆਦਾ ਪੂਜਾ ਕਰੇ ਸਤਸੰਗਤ ਦੀ, ਸਤਸੰਗਤ ਭਾਵ ਪੂਜਨ ਯੋਗ ਹੈ, ਸਤਸੰਗਤ ਸਦਾ ਕਰਨਾ ਕਰੇ। ਮੁਕਤ ਕਰਨ ਬੰਧਨ ਹਰਨ, ਮੁਕਤ ਕਰਨ ਵਾਸਤੇ ਤੇ ਬੰਧਨਾਂ ਨੂੰ ਨਾਸ਼ ਕਰਨ ਵਾਸਤੇ ਬਹੁਤ ਯਤਨ ਜਗ ਭੱਬੈ, ਜਗਤ ਦੇ ਅੰਦਰ ਬੜੇ ਜਿਹੜੇ ਯਤਨ ਹੈਗੇ, ਬੜੇ ਰਾਹ ਹਨ। ਪੈ ਇਹ ਕੋਟ ਉਪਾਏ ਕਰ, ਭਾਵੇਂ ਕਹਿੰਦੇ ਕਰੋੜਾਂ ਉਪਾਅ ਹਨ, ਇਹ ਤੇ ਕਰ ਲਵੇ ਕੋਈ। ਸਤਸੰਗਤ ਕਰ ਤੱਬੈ, ਕਹਿੰਦੇ ਤਾਂ ਵੀ ਸਤਸੰਗਤ ਹੀ ਸਭ ਤੋਂ ਮਾਨ ਆ, ਸਤਸੰਗਤ ਦਾ ਸਾਧਨ ਸਭ ਤੋਂ ਉੱਚਾ ਹੈ। ਤਾਂ ਹੁਣ ਸਮਾਂ ਨਹੀਂ ਇੰਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਮੈਂ ਤੁਹਾਨੂੰ ਉਦਾਂ ਫਿਰ ਕਿਤੇ ਆਇਆ ਪ੍ਰਕਰਨ 'ਤੇ ਦੱਸ ਦਾਂਗਾ, ਸਤਿਗੁਰੂ ਜੀ ਮਹਾਰਾਜ ਨੇ ਸਤਸੰਗਤ ਨੂੰ ਸਭ ਤੋਂ ਵੱਡਾ ਮਹਾਨ ਦੱਸਿਆ ਹੈ। ਅਤੇ ਸਤਿਗੁਰੂ ਜੀ ਨੇ ਕਹਿੰਦੇ ਭਾਈ ਧੋਣੀਆਂ ਤੌਣੀਆਂ ਹੋਰ ਤਪੱਸਿਆ ਆਦਿ ਕਰਨੀਆਂ, ਉਹ ਏਡੇ ਸਾਧਨ ਫਲ ਦੇ ਨਹੀਂ ਜਿੰਨਾ ਭਾਈ ਸਤਸੰਗਤ ਕੀਤੀ ਫਲਦੀ ਹੈ। ਮਹਾਨ ਹੈ ਸਤਸੰਗਤ। ਔਰ ਧਰਮ ਜੇ ਤੱਕ ਜਗਤ, ਹੋਰ ਧਰਮ ਜਿੰਨੇ ਵੀ ਹਨ ਜਗਤ ਦੇ ਅੰਦਰ, ਆਹੇ ਸਕਾਮ ਸਰੂਪ ਹੈਗੇ, ਸਾਰੇ ਸਕਾਮ ਸਰੂਪ ਇੱਛਾ ਨੂੰ ਧਾਰ ਕੇ ਕਰਨ ਵਾਲੇ ਸਾਧਨ ਗਿਆਨ ਉਦੋਤ ਕੋ, ਕਹਿੰਦੇ ਸਾਧਨ ਜਿਹੜਾ ਨਾ ਗਿਆਨ ਦੇ ਉਦੋਤ ਪ੍ਰਗਟ ਕਰਨ ਦਾ ਹੈ ਸਤਸੰਗ ਅਨੂਪ, ਇਹ ਸਤਸੰਗਤ ਹੀ ਆ ਉਪਮਾ ਤੋਂ ਰਹਿਤ। ਹੋਰ ਵੀ ਸਾਧਨ ਹੈਗੇ ਆ ਗਿਆਨ ਦੇ ਪ੍ਰਗਟ ਕਰਨ ਦੇ, ਪਰ ਕਹਿੰਦੇ ਉਹ ਔਖੇ ਬੜੇ ਆ, ਹੈ ਨਾ। ਅਤੇ ਇਹ ਜਿਹੜਾ ਸਤਸੰਗਤ ਹੈ ਨਾ, ਇਹ ਅਨੂਪ ਉਪਮਾ ਤੋਂ ਰਹਿਤ ਹੈ, ਬਹੁਤ ਹੀ ਅਮੋਲਕ ਹੈ। ਸਰੁੱਤ ਸਿਮਰਤ ਸ੍ਰੀ ਮੁਖ ਕਹਿਓ, ਕਹਿੰਦੇ ਸਰੁੱਤ 27 ਸਿਮਰਤੀਆਂ ਨੇ, ਅੱਗੇ ਕੀ ਆ ਸੁਰਤੀਆਂ ਨੇ, ਸਰੁੱਤ ਸਿਮਰਤ 27 ਸਿਮਰਤੀਆਂ ਸ੍ਰੀ ਮੁਖ ਕਹਿਓ, ਸ੍ਰੀ ਮੁਖ ਤੋਂ ਕਿਹਾ ਹੈ ਸਤ ਸੰਗਤ ਜਗ ਸਾਰ, ਤੇ ਸਤ ਸੰਗਤ ਹੀ ਜਗਤ ਦੇ ਅੰਦਰ ਸਾਰ ਸ੍ਰੇਸ਼ਟ ਹੈ। ਜਿਹੜਾ ਵੇਦਾਂ ਦੇ ਅਰਥ ਮੁੜ ਕੇ ਦੱਸਦੀਆਂ ਨਾ, ਉਹਨਾਂ ਨੂੰ ਸੁਰਤੀਆਂ ਕਹਿੰਦੇ ਆ। ਅਤੇ ਕਹਿੰਦੇ ਇਹਨਾਂ ਸੁਰਤੀਆਂ ਨੇ ਵੀ ਜਿਹੜਾ ਨਾ ਉਹ ਜਿਹੜਾ ਹੈ ਇਹ ਦੱਸਿਆ ਹੈ, ਇਹ ਕਿਹਾ ਹੈ, ਵੇਦਾਂ ਨੇ ਵੀ ਮੰਨਿਆ ਹੈ, ਸ਼ਾਸਤਰਾਂ ਨੇ ਵੀ ਮੰਨਿਆ ਹੈ, ਅਤੇ ਜਿਹੜੇ ਸੁਣਨ ਵਾਲੇ ਸੁਣ ਕੇ ਕਮਾਉਣ ਵਾਲੇ ਉਹਨਾਂ ਨੇ ਵੀ ਮੰਨਿਆ ਹੈ ਕਿ ਸਤਸੰਗਤ ਹੀ ਭਾਈ ਸ੍ਰੇਸ਼ਟ ਹੈ। ਅਨਾਥ ਮਿਟਾਵੈ ਬਿਖਮਤਾ, ਅਤੇ ਬੇਮੁਖਤਾਈ ਨੂੰ ਭਾਵ ਕਠਨਤਾਈ ਨੂੰ, ਔਖੇ ਔਖੇ
ਪੁਣੇ ਨੂੰ, ਜਿੱਦਾਂ ਮਹਾਰਾਜ ਜੀ ਨੇ ਕਿਹਾ ਨਾ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਵਿਖੜੇ ਜਿਹੜੇ ਔਖੇ ਥਾਂ ਵਾ, ਔਕਟ ਘਾਟੀ ਜਿਹੜੀਆਂ ਔਕਟ ਥਾਵਾਂ ਵਾ, ਉਹ ਉਹਨਾਂ ਨੂੰ ਕੀ ਆ, ਫਿਰ ਪੜ੍ਹੋ, ਦੋ ਅਰਥ ਲਾ ਦਿੰਦੇ ਹਾਂ। ਅਨਾਥ ਮਿਟਾਵੈ ਬਿਖਮਤਾ, ਇੱਕ ਤਾਂ ਬਿਖਮਤਾ ਕੀ ਬੇਮੁਖਤਾਈ ਨੂੰ ਮੇਟ ਦਿੰਦੇ ਆ ਅਨਾਥ ਜੀ, ਕਹਿੰਦੇ ਅੰਦਰੋਂ ਸਤਸੰਗਤ ਬੇਮੁੱਖ ਨਹੀਂ ਰਹਿਣ ਦਿੰਦੀ, ਸਨਮੁੱਖ ਕਰ ਦਿੰਦੀ ਹੈ ਸਤਸੰਗਤ, ਚਿੱਤ ਸਨਮੁੱਖ ਹੋ ਜਾਂਦਾ ਹੈ। ਦੂਜੀ ਬੇਮੁਖਤਾਈ ਕੀ ਹੁੰਦੀ ਹੈ, ਵੀ ਬਿਖਮਤ ਬਿਖਮ ਬਿਖਮ ਬਣਦਾ ਔਖਾ ਹੈ, ਅਤੇ ਔਖਾ ਜਿਹੜਾ ਨਾ ਉਹ ਮਤਲਬ ਵੀ ਸਮਾਂ ਮਿਟ ਜਾਂਦਾ ਹੈ, ਦੁੱਖ ਵਿਘਨ ਮਿਟ ਜਾਂਦੇ ਲਾ ਲਓ। ਦਰ ਸਾਵੈ ਸੁਭ ਵਿਚਾਰ, ਦਰ ਸਾਵੈ ਸੁਭ ਵਿਚਾਰ, ਸੁਭ ਵਿਚਾਰ ਜਿਹੜੀ ਆ ਉਹ ਦਰਸਾ ਦਿੰਦੀ ਹੈ, ਦਿਖਾ ਦਿੰਦੀ ਹੈ, ਸੁਭ ਵਿਚਾਰ ਪ੍ਰਗਟ ਹੋ ਜਾਂਦੀ ਹੈ ਸਤਸੰਗਤ ਕਰਨ ਨਾਲ। ਸਰੁਤ ਸਿਮਰਤ ਸ੍ਰੀ ਮੁਖ ਕਹਿਓ, ਸੰਗਤ ਜਗ ਸਾਰ, ਅਨਾਥ ਮਿਟਾਵੈ ਬਿਖਮਤਾ, ਦਰਸਾਵੈ ਸੁਭ ਵਿਚਾਰ।